ਉਧਰ ਵੇਖ ਲੋ ਕੀ ਕਾਂਡ ਏ। ਇੱਧਰ ਮਿਲ ਗਿਆ ਦਲੀਆ ਦਲੀਆ, ਚੱਲੀਏ ਜੀ। ਇੱਧਰ ਨਿਕਲਦੇ ਪਕੌੜੇ ਲਿਆਵਾਂ, ਦੀਆਂ ਚਾਹ ਪਾ ਦੇ ਨਹੀਂ ਤੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਇੱਧਰ ਨੇ ਵਲੋਗ ਦੇ ਵਿੱਚ। ਅਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਾਇਆ ਜੀ ਹੁਣੀ ਆਏ ਹੋਏ ਆ, ਅਤੇ ਇਹਨਾਂ ਨੂੰ ਲੈ ਕੇ ਜਾਵਾਂਗੇ ਕਿਰਨ ਦੀਦੀ ਹੋਣਾ ਵੱਲ। ਅਤੇ ਤਾਇਆ ਜੀ ਕਹਿੰਦੇ ਕਿਰਨ ਦੀਦੀ ਹੋਣਾ ਵੱਲ ਜਾਣਾ, ਨਾਲੇ ਮਿਲ ਕੇ ਆਉਣਾ ਆ। ਅਤੇ ਇੱਧਰ ਡੈਡੀ ਮੈਚ ਦੇਖ ਰਹੇ ਨੇ ਬੈਠੇ ਆ। ਮੈਂ ਅਤੇ ਤਾਇਆ ਜੀ ਜਾ ਰਹੇ ਹਾਂ ਕਿਰਨ ਦੀਦੀ ਹੋਣਾ ਵੱਲ। ਅਤੇ ਤੁਹਾਡੇ ਸਾਰਿਆਂ ਦੇ ਬੜੇ ਕਮੈਂਟ ਆਏ ਵੀ ਤੇਰੇ ਡੈਡੀ ਦਾ ਤਾਇਆ ਜੀ ਦਾ ਮਹਾਂਦਰਾ ਸੇਮ ਰਲਦਾ ਆ, ਫਿਰ ਵੀ ਰਲਣਾ ਕਿਉਂ ਨਹੀਂ ਜਦੋਂ ਭਰਾ ਭਰਾ ਹੋਏ ਦੇਖ ਨਹੀਂ ਵੀ ਤਾਇਆ ਜੀ। ਅਤੇ ਹੁਣ ਉੱਧਰ ਚੱਲੇ ਹਾਂ ਆਪਾਂ ਕਿਰਨ ਦੀਦੀ ਹੋਣਾ ਵੱਲ। ਤਾਇਆ ਜੀ ਕਹਿੰਦੇ ਵੀ ਮੈਂ ਉੱਧਰ ਵੀ ਜਾਣਾ ਵਾ, ਕਿਰਨ ਨਾਲ ਮੈਂ ਜਾਣਾ ਆ। ਅਤੇ ਮੇਰੇ ਸੁਣਿਆ ਤਾਇਆ ਜੀ ਉਹਦਾ ਘਰ ਬਣਾਇਆ, ਪਹਿਲੀ ਵਾਰ ਚੱਲੇ ਅੱਜ? ਹਾਂ ਪਹਿਲੀ ਵਾਰ ਇੱਧਰ। ਹਾਂ ਉੱਧਰ ਤਾਂ ਗਏ ਮੇਰੇ ਸੁਣਾ ਤੁਸੀਂ, ਹੈ ਨਾ? ਪਲਾਟ ਤੇ ਉੱਧਰ ਇਹਨਾਂ ਦੇ ਪੁਰਾਣੇ ਪਿੰਡ ਉੱਧਰ ਗਏ ਸੀ, ਉੱਧਰ ਤਾਂ ਗਿਆ ਘਰ, ਹੈ ਨਾ? ਹਾਂ ਉੱਧਰ ਉੱਧਰ ਗਏ, ਇੱਧਰ ਪਹਿਲੀ ਵਾਰ ਜਾਣਾ। ਇੱਕ ਗਿਆ ਨੀ ਤੁਹਾਡਾ ਜੇ ਚੱਕਰ ਵੱਜਦਾ ਤੁਸੀਂ ਸੋਚਦੇ ਵੀ ਨਹੀਂ ਸਾਰੇ ਭੈਣ ਭਰਾ ਨੂੰ ਮਿਲ ਚੱਲ ਗਈ, ਹੁਣ ਚੱਕਰ ਲੱਗਾ ਤੇ ਹੈ ਹੀ ਆ। ਇਹ ਤਾਂ ਗੱਲ ਸਹੀ, ਪਹੁੰਚ ਗਏ ਆਪਾਂ ਹੁਣ ਸਹੀ ਹੈ ਨਾ? ਨਹੀਂ ਆ ਗਏ ਕਿਰਨ ਵੱਲ ਗਏ, ਤਾਇਆ ਜੀ ਨੇ ਭੁਲੇਖਾ ਬਹਿਣਾ ਖਣੀ ਆਪਣੇ ਪਲਾਟ ਲਾਏ। ਹਾਂ ਕਿਰਨ ਹੁਣ ਘਰ ਆ ਗਏ ਆਪਣੇ, ਬੈਕ ਸਾਈਡ ਆ, ਬੈਕ ਸਾਈਡ ਆਪਣੇ। ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਪਹੁੰਚ ਗਏ ਆਪਾਂ। ਤਾਇਆ ਜੀ ਦੇ ਕੋਲ ਨਾ ਤੁਰਿਆ ਨਹੀਂ ਜਾਂਦਾ, ਲੱਤ ਦੇ ਵਿੱਚ ਨਾ ਪ੍ਰੋਬਲਮ ਜੀ ਹੈ, ਹੁਣ ਉਮਰ ਵੀ ਹੋਈ ਜਾਂਦੀ ਨਾ। ਫਿਰ ਭਲਵਾਨ ਜੀ ਸੁੱਤੇ ਨੇ, ਇਹ ਭਲਵਾਨ ਜੀ ਅੱਛਾ ਹਾਂ 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 ਆਰ ਜੀ ਟੈਕ ਕੋਲ ਜਾਣਾ। ਅੱਛਾ 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 ਆ ਸਿਫਾਰਿਸ਼ ਪਾ ਦੋ ਨਾਲੇ ਸਾਡੇ ਕੰਮ ਦੀ। ਤਾਇਆ ਜੀ ਇਹ ਅੱਜ ਮੌਸਮ ਵੀ ਵਧੀਆ ਠੀਕ ਠਾਕ ਆ ਵੀ। ਤਾਇਆ ਜੀ ਨੂੰ ਆਪਣੇ ਵਾਲਾ ਪਲਾਟ ਉਹ ਦਿਖਾਉਂਦੇ, ਕਹਿੰਦੇ ਉੱਧਰ ਜਾਣਾ ਦੇਖਣ। ਮੈਂ ਚਲੋ ਚੱਲਦੇ ਹਾਂ ਵੀ, ਹੁਣ ਉੱਧਰ ਚੱਲੇ ਹਾਂ। ਡੈਡੀ ਨੇ ਨਾ ਉਹ ਪਪੀਤਿਆਂ ਨੂੰ ਨਾ ਉਹ ਕੱਪੜੇ ਜਿਹੇ ਲਵੇਟ ਛੱਡੇ ਹੀ ਆ, ਕਿਉਂਕਿ ਪਪੀਤੇ ਲਾ ਕੇ ਨਾ ਖੜੇ ਹੋਏ ਜਾਂ ਫਿਰ ਪੱਕ ਜਾਣ ਖਣੀ ਤਾਂ ਹੀ ਹੋ, ਲਵੇਟੇ ਨੂੰ ਪਤਾ ਕੋਈ ਨਹੀਂ। ਉਹ ਡੈਡੀ ਕੱਲ੍ਹ ਹੀ ਲਵੇਟੇ ਆ ਵੀ ਪਪੀਤੇ ਪੱਕ ਜਾਣ, ਆਹੋ ਇਹ ਤਾਂ ਗੱਲ ਇਹਨੇ ਵੀ ਲਾ ਕੇ ਲਿਆ ਜੀ। ਉੱਦਾਂ ਤਾਂ ਆਪਣੇ ਕੈਮਰੇ ਲੱਗੇ ਆ, ਕੋਈ ਨਹੀਂ ਲਾਉਂਦਾ ਵੀ ਨਾ। ਕਿੰਨੇ ਲਾਗ ਤਾਂ ਨਹੀਂ ਖੜੇ ਵੈਸੇ ਉਦਾਂ? ਮੈਂ ਸਬਜ਼ੀ ਸੁਬਜ਼ੀ ਨੇ ਰੋਟੀ ਨਹੀਂ ਲਾਉਂਦੇ ਹੁੰਦੇ, ਰੋਟੀ ਕਈ ਰੋਟੀ ਰਾਟੀ ਬਥੇਰੀ ਲਾਉਂਦੇ ਆ ਵੀ, ਇਹ ਰਗੜ ਕੇ ਨਾ ਇਹਨਾਂ ਨੂੰ ਰੋਟੀ ਲਾ ਲੈਂਦੇ ਲੈ ਵੀ ਮਿੱਤਰਾਂ। ਡੈਡੀ ਨੂੰ ਮੈਂ ਕਰੀਏ ਸਟਾਰਟ, ਡੈਡੀ ਕਹਿੰਦੇ ਮੇਰੀ ਅਰਬੀ ਆ ਇਹ ਜਨਵਰੀ ਤੱਕ ਰੱਖਣੀ ਆ,
ਇਹ ਆਪਣੇ ਜਨਵਰੀ ਨੂੰ ਅਰਬੀ ਪੁੱਟਣੀ ਆ, ਉਹ ਤੋਂ ਪਹਿਲਾਂ ਨਹੀਂ ਬਣਾਉਣਾ ਯਾਰ, ਡੈਡੀ ਨੇ ਕੰਮ ਹੀ ਰੋਕਿਆ, ਤੁਸੀਂ ਕਹਿਣਾ ਖਣੀ ਪਖੰਡ ਜੇ ਕਰਦੇ, ਡੈਡੀ ਨੇ ਰੋਕਿਆ ਯਾਰ ਅਰਬੀ ਕਰਕੇ, ਹੁਣ ਕੀ ਕਰੀਏ ਵੇਖਿਓ ਪੁੱਛਣਾ ਮੈਂ ਡੈਡੀ ਜੀ ਅਰਬੀ 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 ਕਹਿਣ ਡਿਆ ਹਲਦੀ ਸੱਚ ਹਲਦੀ ਹਲਦੀ ਆਏ ਅਰਬੀ ਮੈਂ ਕਹਿੰਦਾ ਜੀ ਹਲਦੀ ਹੈ ਹਲਦੀ ਕਰਕੇ ਕੰਮ ਰੋਕਿਆ ਇੱਧਰ ਮਿਲ ਗਿਆ ਦਲੀਆ ਦਲੀਆ ਚੱਲੀਏ ਜੀ ਸਤਿ ਸ੍ਰੀ ਅਕਾਲ ਉੱਧਰ ਵੇਖ ਲਓ ਕੀ ਕਾਂਡੇ ਡੈਡੀ ਬੜਾ ਸਤਾ ਦਿੰਦਾ ਵੈਸੇ ਮੈਂ ਲਾਇਆ ਸਾਹਿਬ ਬਹਿੰਦੇ ਨੀ ਹੁਣ ਮੰਮੀ ਵੀ ਕਿੰਨਾ ਹੌਲੀ ਬਹਿਣ ਓਕੇ 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 ਠੀਕ ਆ ਜੀ ਸਤਿ ਸ੍ਰੀ ਅਕਾਲ ਚਲੋ ਚੱਲ ਗਈ ਦਾਦੇ ਲਾਗੇ ਬੈਠੀ ਹੁਣ ਦਾਦੀ ਵੇਖਦੀ ਹੁਣ ਦਾਦੀ ਵੱਲ ਦਾਦੀ ਵੱਲ ਹੁਣ ਭੱਜੀ ਜਾਣ ਦੇ ਚਾਹ ਚੜ ਗਿਆ ਉੱਥੋਂ ਫਟਾਫਟ ਦਾਦੇ ਨੂੰ ਮੈਂ ਬਸੀ ਪਾ ਦੇ ਬੱਚੇ ਆਖਾ ਪਾਰੀ ਵੀ ਕਰ ਦਿੰਦਾ ਦਾਦੇ ਨੂੰ ਪਾਰੀ ਵੀ ਕਰ ਦਿੰਦਾ ਕੀ ਲੈਣਾ ਉਹ ਲੈਣਾ ਕਿੱਥੇ ਜੋਗੀ ਦੋ ਹੈਲੋ ਤਾਏ ਜੀ ਦੇ ਨਾਲ ਆ ਰਹੇ ਲੱਗੀ ਇੱਧਰ ਲਾ ਤੀ ਲਾ ਬੇਬੀ ਨੇ ਇੱਧਰ ਵੇਖਿਆ ਅਯੋ ਲੈ ਪਾਣ ਦਾ ਦੇ ਮੰਮੀ ਖਾਂਡੀ ਖੰਘ ਦੀ ਦਵਾਈ ਨਸਾਂ ਕੋਰ ਤਰ੍ਹਾਂ ਖਾਂਡੀ ਮੰਮੀ ਗੋਲੀ ਖਾਧੀ ਆ ਮੈਂ ਆਖਣੀ ਉਹ ਦਵਾਈ ਖਾਧੀ ਨਜੀਆ ਪੀਣ ਵਾਲੀ ਸ਼ੀਸ਼ੀ ਪੀਤੀ ਆ ਕਿਉਂ
ਤੇ ਇੱਧਰ ਲੱਗੀ ਸਨੀਪ ਕੱਢਣ ਲਈ ਪਕੌੜੇ। ਬ੍ਰੈਡ ਕਿੱਥੇ ਹੈ ਸਨੀਪ? ਬ੍ਰੈਡ ਮੰਗਾਏ ਤੂੰ? ਧੂਆ ਜਿਹੜਾ ਨਸਣ ਚੜ ਜਾਂਦਾ ਬਰਾਊਨ ਬ੍ਰੈਡ ਤੇ ਕੱਢਣ ਡੇ ਆਪਾਂ, ਕਿਉਂਕਿ ਆਇਆ ਆਇਆ ਨਾ ਤਾਂ ਕੇ ਬਰਾਊਨ ਬ੍ਰੈਡ ਵਰਤਣ ਡੇ ਆ। ਲਿਆ ਚਾਹ ਪਾ ਦੇ, ਨਹੀਂ ਤੇ ਵਿੱਚ ਪਾਉਣਾ, ਨਹੀਂ ਤਾਂ ਗੜਵੀ 'ਚ ਗੜਵੀ 'ਚ ਪਾ ਕੇ ਲੈ ਜਾਂਦਾ। ਇਹਨੇ ਨੇ ਖਾਣਾ, ਇਹਨੇ ਸੁੱਟੀ ਜਾਣਾ ਹੁਣ ਵੇਖੀ ਖਾਣ ਡੀ। ਨਹੀਂ ਲਾਂਡੀ ਕਿਹੜੀ ਉਤਰਾ ਹੀ ਆ, ਉੱਦਾਂ ਹੀ ਮੈਚ ਡੇ ਵੇਖ ਸਾਹਮਣੇ ਲੱਗਾ। ਡੈਡੀ ਤੇ ਤਾਇਆ ਜੀ ਗਏ ਹੋਏ ਨੇ ਥੋੜ੍ਹਾ ਸਮਾਨ ਲੈਣ ਵਾਸਤੇ, ਉਹਨਾਂ ਤਾਇਆ ਜੀ ਮਸ਼ੀਨ ਦਾ ਵੀ ਸਮਾਨ ਸਮੂਨ ਲਿਆ ਉਹ ਲੈਣ ਵਾਸਤੇ ਗਏ, ਖਰਾਬ ਮਸ਼ੀਨ ਦਾ ਗਿਆ ਉਹ ਖੜਨਾ, ਉਹਨਾਂ ਨੇ ਦਿੱਲੀ ਖੜਨਾ ਉਹ ਲੈਣ ਵਾਸਤੇ ਗਏ ਡੈਡੀ ਜੀ ਦੇ ਨਾਲ। ਉਹ ਉੱਠ ਗਿਆ ਜੀ ਪੁੱਤ, ਉੱਠ ਗਿਆ ਰਾਜਾ। ਕੌਣ ਕਿਤੇ, ਕੌਣ ਕੌਣ ਹਰਗੁਣ ਥੋੜ੍ਹੀ, ਉਹਦੇ ਕਾਕਾ ਆ ਹਰ ਫਤਿਹ ਆ, ਉਹ ਕਹਿੰਦੀ ਹਰਗੁਣ ਉਹਦੇ ਹਰ ਫਤਿਹ ਆ ਭਾ। MLA ਸਾਹਿਬ ਨੂੰ ਮਿਲਣ ਵਾਸਤੇ ਆਏ ਸੀ, ਮਿਲ ਲਿਆ ਵਾ ਅਤੇ ਬੜੀ ਮਨ ਨੂੰ ਖੁਸ਼ੀ ਹੋਈ ਆ, ਕਿਉਂਕਿ ਨਹੀਂ ਤਾਂ ਕੌਣ ਕਿਸੇ ਨੂੰ ਮਿਲਦਾ, ਉਹ ਵੀ MLA ਹੋਵੇ ਤਾਂ ਮਤਲਬ ਕੋਈ ਮਿਲਦਾ ਹੈ। ਆਪਣਾ MLA ਸਾਹਿਬ ਨੇ ਆਪਣਾ ਨੰਬਰ ਦਿੱਤਾ ਆ, ਕਹਿੰਦੇ ਕੋਈ ਗੱਲਬਾਤ ਹੁੰਦੀ ਜਾਂ ਕੋਈ ਵੀ ਹਲਚਲ ਕਰਦਾ ਤੇਰੇ ਨਾਲ ਤਾਂ ਮੈਨੂੰ ਉਸੇ ਟਾਈਮ ਫੋਨ ਕਰਨਾ ਆ, ਤੇਰੇ ਨਾਲ ਆ ਬਸ। ਅਤੇ ਬਾਕੀ ਹੁਣ ਚੱਲੀਏ ਆਪਾਂ ਘਰ ਨੂੰ, ਆਹ ਵੇਖ ਲਓ ਆਪਾਂ ਇਹ ਨਾ ਸੱਚੇ ਐਵੇਂ ਖਣੀ ਕੰਡੇ ਵੇਲੇ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ। ਮੈਂ ਇਹ ਬਟਾਲਾ ਕਲੱਬ ਇੱਥੇ ਆਏ ਸੀਗੇ, MLA ਸਾਹਿਬ ਚਲੇ ਗਏ ਨੇ ਹੁਣ। ਇਹ ਕੀ ਆ, ਇਹ ਕੀ ਹਰਗੁਣ ਖੱਤਾ ਹੈ ਹਾਂਜੀ ਮੈਨੂੰ ਇਹ ਖੱਤਾ ਕਿੰਨਾ ਖਾਈਦਾ ਖੱਤਾ ਇਹ ਕੀ ਆ ਖੱਤਾ ਸ਼ਾਨ ਨਾ ਡੇਪੀ ਖੱਟਾ ਕਰਨ ਦੀ ਖਾਓ ਖੱਟਾ ਖਾਓ ਕਿੰਨੀ ਖੁਸ਼ ਹੁੰਦੀ ਕਾ ਖੱਟਾ ਬੜਿਆ ਝੂਤੀ। ਸੰਦੀਪ ਹੋਣੀ ਗਏ ਨੇ ਸ਼ਾਸਤਰੀ ਨਗਰ ਆਪਣਾ ਮੰਮੀ ਜੀ ਨਾਲ ਕਿੰਨੇ ਦਿਨਾਂ ਬਾਅਦ ਸਗੋਂ, ਅਤੇ ਇੱਧਰੋਂ ਅੱਜ ਬਣੇ ਹੋਏ ਨੇ ਰਾਈਸ ਬਣੇ ਹੋਏ ਚਾਵਲ, ਤੁਹਾਨੂੰ ਦਿਖਾਉਂਦੇ ਹਾਂ ਅਤੇ ਘਰੋਂ ਚੈੱਕ ਮਤਲਬ ਚਾਵਲ ਓਕੇ ਕੰਮ। ਦਾਲ ਜਿਹੜੀ ਬਣੀ ਹੋਈ, ਦਾਲ ਇਹ ਦਾਲ ਬਣੀ ਹੋਈ ਆ। ਹਾਂ ਭੁੱਖ ਬੜੀ ਲੱਗੀ, ਮੈਂ ਸੰਦੀਪ ਨਾਲ ਲੜਿਆ ਸੀ ਨਾ, ਮੈਂ ਰੋਟੀ ਨਹੀਂ ਖਾਧੀ ਗੁੱਸੇ ਦੇ ਮਾਰਿਆ, ਤਾਂ ਹੁਣ ਭੁੱਖ ਬੜੀ ਲੱਗੀ। ਪਹਿਲਾਂ ਕਿਰਨਦੀਪ ਨਾਲ ਹੋਈਏ, ਤਾਇਆ ਜੀ ਨੂੰ ਮੈਂ ਨਾਲ ਲੈ ਜਾਵੀ, ਉਸ ਤੋਂ ਬਾਅਦ ਵਿੱਚ ਆਉਣ ਕੇ ਮੁੜ ਕੇ ਰੋਟੀ ਰੋਟੀ ਖਾਂਦੇ ਹਾਂ, ਹੋਰ ਅੱਧਾ ਘੰਟਾ ਨਿਕਾਲ ਲੈਂਦੇ ਇੱਦਾਂ ਹੀ ਹੁਣ। ਨਾ ਯਾਰ ਚਾਹ ਨਹੀਂ ਪੀਣੀ, ਭੁਜੇ ਲੈ ਦੇ ਖਾਣ ਮਾਸਾ, ਚਾਹ ਨੂੰ ਕੁਛ ਹੁੰਦੇ ਬੈਠੇ ਬੜੀ ਹਨ ਚਾਰ ਹੈ ਗੱਲਾਂ ਕਰਤਾ, ਭੁਜੇ ਲੈ ਦੇ ਫਿਰ ਮਾਸਾ। ਆ ਇਹ ਕਾਲੇ ਪਈ ਜਾਂਦੇ ਆ ਵੀ ਯਾਰ, ਹੈ ਇਹ ਕਾਲੇ ਪਈ ਜਾਂਦੇ ਚਾਹ ਨੂੰ। ਨਹੀਂ ਨਹੀਂ ਮੈਨੂੰ ਦੇ ਦੇ ਤਾਇਆ ਜੀ ਨੂੰ, ਮੈਂ ਨਹੀਂ ਯਾਰ ਰੋਟੀ ਖਾਣ ਦੋ ਨਹੀਂ ਤਾਇਆ ਜੀ, ਮੈਨੂੰ ਸਾਹ ਨਿਕਲਿਆ ਥੋੜੀ ਪੀਣੀ, ਪੀ ਜਾ ਪੰਜੀਰੀ ਖਾਣੀ ਕੁਛ ਨਹੀਂ ਖਾਣਾ।
ਪੰਜੀਰੀ ਤੂੰ ਮੈਨੂੰ ਦੇ ਦੇ ਮੈਂ ਖਾਵਾਂ ਰੋਟੀ ਬਣੀ ਪੀਓ ਫਿਰ ਸੁੱਟਣੀ ਇਹ ਪਰ ਦਿਮਾਗੋ ਇਹ ਨੀ ਦਿਮਾਗੋ ਕੰਮ ਲੈਂਦੇ ਤਾ ਜੀ ਇਹ ਮੈਂ ਇਹ ਦਿਮਾਗੋ ਕੰਮ ਨੀ ਲੈਂਦੀ ਕਹਿੰਦੀ ਥੋੜਾ ਵੀ ਇੱਕ ਵਾਰੀ ਕਿਹਾ ਚਾਹ ਹਲੇ ਹੁਣ ਪੀਤੀ ਅਜੇ ਕਾਹਲੀ ਪੈ ਜਾਂਦੀ ਕਾਹਲੀ ਪਰ ਪੈ ਜਾਂਦੀ ਨਾ ਸਹਿ ਤੂੰ ਤੜਕਾ ਕਾਹਨੂੰ ਲਾਉਣੀ ਜਾ ਲਾਇਆ ਤੜਕਾ ਲਾਇਆ ਭਾਜੀ ਪੀ ਲਓ ਬੱਕਰੀ ਦਾ ਦੁੱਧ ਇਹ ਚੰਗਾ ਆ ਸੈਲ ਸੁਲ ਪੂਰੇ ਹੋ ਜਾਣਗੇ ਭਾਜੀ ਨੂੰ ਲਿਆ ਦੇ ਯਾਰ ਸੈਲ ਸੁਲ ਪੂਰੇ ਹੋ ਜਾਣਗੇ ਭਾਜੀ ਦੇ ਨਹੀਂ ਉਹ ਦੇ ਬੇਸਣ ਲਿਆ ਭਾਜੀ ਨੂੰ ਕਮਰ ਕਸ ਬਣਾ ਕੇ ਦੇ ਭਾਜੀ ਹੱਸਦੀ ਇੰਨੀ ਗਰਮੀ ਪੈਣੀ ਕਹੋਗੇ ਕਹੋ ਕੇ ਮਰਨਾ ਭਾਜੀ ਬਲੋਗ ਚ ਦੱਸੋ ਮੈਂ ਕਹਿੰਦਾ ਸਾਡੇ ਘਰ ਕਦੋਂ ਆਓਗੇ ਹੁਣ ਤੁਹਾਡੀ ਵੇਟ ਸਾਰੇ ਹੋ ਗਏ ਚਲ ਗਏ ਵੇਖ ਲਓ ਅੱਛਾ ਇੱਧਰ ਆਵਾ ਬੰਦ ਹੋ ਗਿਆ ਨਾ ਮੈਨੂੰ ਘੁਮਾਓ ਇੱਕ ਬੰਦਾ ਭਾਜੀ ਰੱਖ ਛੱਡੋ ਇਹਨੂੰ ਘੁਮਾਉਣ ਵਾਸਤੇ ਹਾਂਜੀ ਅੱਜ ਕਰਦੇ ਕਿ ਨਹੀਂ ਉਹ ਦਮ ਮਗਾਇਆ ਨਹੀਂ ਕਮਰੇ ਵਿੱਚ ਮਜ਼ਾਕ ਕਰ ਚਲੋ ਠੀਕ ਆ ਆਪਾਂ ਚੱਲੇ ਹਾਂ ਸਾਡੇ ਵੀ ਉੱਧਰ ਇਹੋ ਕੁਝ ਬਣਿਆ ਖੱਟੀ ਖੱਟੀ ਦਾਲ ਦਾਲਾਂ ਚੱਲਣਗੀਆਂ ਬਸ ਹੁਣ ਉੱਧਰ ਉਹਦੀ ਬਦਲੀਆਂ ਗਈਆਂ ਹੋਰ ਕੀ ਉਹ ਮਹਾਂ ਮੈਂ ਇੱਦਾਂ ਪਾ ਕੇ ਆਉਂਦਾ ਇੱਦਾਂ ਪਾ ਕੇ ਆਏ ਇਹ ਕੀ ਹੋ ਗਿਆ ਲੱਗ ਮੇਰੇ ਕੋਲ ਪੈ ਗਈ ਨਾ ਮੇਰੇ ਕੋਲ ਪੈ ਗਈ ਨਾ ਮੇਰੇ ਕੋਲ ਚਲੋ ਠੀਕ ਆ ਓਕੇ ਚਲੋ ਠੀਕ ਆ ਜੀ ਓਕੇ ਗਲਾਸ ਜਿਹੜੇ ਅੱਛਾ ਸਾਰਾ ਉਧਰੋਂ ਤਾਇਆ ਜੀ ਕਹਿੰਦੇ ਉੱਧਰ ਸਾਡੇ ਉੱਧਰ ਮਾਰਕੀਟ ਆ ਨਾ ਵੱਡੀ ਫਿਰੋਜ਼ਾਬਾਦ ਅੱਛਾ ਸਹੀ ਆ ਹੁਣ ਰੋਟੀ ਖਾਈਏ ਯਾਰ ਭੁੱਖ ਬੜੀ ਲੱਗੀ ਆ ਰੋਟੀ ਦੇ ਦੋ ਭੁੱਖ ਬੜੀ ਲੱਗੀ ਯਾਰ ਮੈਨੂੰ ਮੈਂ ਵਲੋਗ ਚ ਕਹਿਣਾ ਮੈਂ ਮੈਂ ਸੰਦੀਪ ਨਾਲ ਲੜ ਕੇ ਭੈਣ ਰੋਟੀ ਖਾਧੀ ਨਾ ਭੁੱਖ ਬੜੀ ਲੱਗੀ ਲੜਿਆ ਨੀ ਮੈਂ ਮੈਂ ਖਾਧੀ ਨੀ ਤੇ ਸਵੇਰ ਦੀ ਕਿੱਥੇ ਖਾਧੀ ਮੈਂ ਮੈਂ ਤੇ ਖਾਧੇ ਕਦੇ ਬ੍ਰੈਡ ਵੀ ਕਦੇ ਕਿੰਨੇ ਖਾਧੇ ਦੋ ਰੋਟੀ ਆ ਗਈ ਆਪਣੀ ਮੇਰੀ ਕਿੱਥੇ ਮੇਰੀ ਆ
ਕੀ ਕੀਤਾ ਮੰਮਾ ਨੇ? ਕਹਿੰਦੀ ਹੋ ਕਿੱਥੇ ਆ, ਦੱਸ ਮੈਨੂੰ ਕਿੱਥੇ ਆ ਹਰਗੁਣ, ਕਿੱਥੇ ਆ? ਚੱਲ ਦੱਸ ਮੈਨੂੰ ਕਿੱਥੇ, ਚੱਲ ਚੱਲ ਆ, ਚੱਲ ਚੱਲ ਕਿੱਥੇ ਆ, ਕਿੱਥੇ ਆ? ਹਾਂ ਆ ਵੇਖ ਲਾ, ਕੁੜੀ ਮੇਰੀ ਸ਼ਿਕਾਇਤ ਲਾਉਣ ਆਈ, ਕਹਿੰਦੀ ਮੰਮੀ ਨੇ ਪਿਆਜ਼ ਸੁੱਟਦੇ ਉੱਥੇ, ਮੈਂ ਨਾ ਦੋ ਆਵਾਜ਼ਾਂ ਨਹੀਂ ਸੁਣੀਆਂ ਭਲਕੇ, ਕਹਿੰਦੀ 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 ਉਹ ਉਹ ਮੈਨੂੰ ਕਹਿੰਦੀ, ਮੈਨੂੰ ਵਿਹਲਾ ਆਵਾਜ਼ਾਂ ਕਿੱਦਾਂ ਦਿੰਦੀ ਉਹ, ਕਹਿੰਦੀ ਜਿੱਦਾਂ ਨਾ ਮੈਂ ਪਤਾ ਨਹੀਂ ਕੀ ਲੱਗਦਾ ਮੈਨੂੰ, ਕਹਿੰਦੀ ਉਹ ਗੱਲ ਸੁਣ, ਉਹ ਤਾਂ ਚੁੱਕੀਆਂ ਜਾਂਦੀਆਂ ਵਾ ਝੁਮਕੀਆਂ ਵਾਲੀਆਂ ਵੀ ਚੁੱਕੀਆਂ ਗਈਆਂ, ਜਿਹੜੀਆਂ ਸਾਹਮਣੇ ਰੋਡ ਤੇ ਗਈਆਂ ਜਾਂਦੇ ਵੜਦੇ ਆ ਸਾਰੇ ਚੁੰਮਕੀਆਂ ਜਾਂ ਵਾਲੀ, ਉਹ ਚੁੱਕੀ ਦੀ ਉਹ ਚੁੱਕੀਆਂ ਜਾਂਦੀਆਂ ਨੇ ਉਹ ਸਾਰੀਆਂ, ਉਹ ਹੁਣ ਛਪਾਰ ਦੇ ਮੇਲੇ ਤੇ ਗਏ ਹਾਂ।